ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਪ੍ਰੇਰਣਾ ਜਾਣਾਂਗੇ ਕੀ ਕਹਿੰਦੀ ਹੈ ਪੰਜਾਬ ਦੀ ਸਿਆਸਤ ਸੋ ਸਾਰੀ ਗੱਲਾਂ ਬਾਤਾਂ ਅੱਜ ਅਸੀਂ ਕਰਾਂਗੇ ਸਾਡੇ ਨਾਲ ਪੰਜਾਬ ਬਿਊਰੋ ਚੀਫ ਪੰਜਾਬ ਪੋਲੀਟੀਕਲ ਆਰ ਐਸ ਲਿਬਰੇਟ ਜੀ ਸਾਡੇ ਨਾਲ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਲਿਬਰੇਟ ਜੀ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸੋ ਲਿਬਰੇਟ ਜੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਸੰਯੁਕਤ ਸਮਾਜ ਮੋਰਚੇ ਦੀ ਜੇ ਗੱਲ ਕੀਤੀ ਜਾਵੇ ਉਹਨਾਂ ਦੇ ਵੱਲੋਂ ਅੱਜ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਵੱਲੋਂ ਜਿੱਥੇ ਲਗਾਤਾਰ ਸਿਆਸੀ ਪਾਰਟੀਆਂ ਪੱਬਾ ਭਾਰ ਸੀ ਸੰਯੁਕਤ ਸਮਾਜ ਮੋਰਚਾ ਵੀ ਲਗਾਤਾਰ ਗਰਮਾਇਆ ਹੋਇਆ ਸੀ ਅਤੇ ਹੁਣ ਚੋਣ ਜਿਹੜੀ ਹੈ ਆਜ਼ਾਦ ਸਾਰੇ ਉਮੀਦਵਾਰ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਚੋਣ ਲੜੀ ਜਾਵੇਗੀ ਸਾਰੇ ਉਮੀਦਵਾਰ ਆਜ਼ਾਦ ਦੇ ਤੌਰ ਦੇ ਉੱਤੇ ਖੜ੍ਹੇ ਹੋਣਗੇ ਹਾਂ ਪ੍ਰੇਰਣਾ ਇਹ ਗੱਲ ਇਹ ਹੈ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਆਪਣੇ ਚੈਨਲ 'ਤੇ ਵੀ ਕਿਹਾ ਸੀ ਉਹਨਾਂ ਨੇ ਕਿ ਅਸੀਂ ਸਾਰੇ ਕਾਗਜ਼ ਪੂਰੇ ਕਰਕੇ ਦੇ ਦਿੱਤੇ ਨੇ ਪਰ ਪਤਾ ਨਹੀਂ ਕੀ ਖਾਮੀਆਂ ਰਹੀਆਂ ਨੇ ਉਹ ਤੋਂ ਬਾਅਦ ਸਾਡੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਚੋਣ ਨਿਸ਼ਾਨ ਤੋਂ ਬਾਅਦ ਦੀ ਗੱਲ ਹੈ ਪਰ ਇੱਕ ਵੱਡੀ ਗੱਲ ਨਿਕਲ ਕੇ ਆ ਰਹੀ ਹੈ ਕਿ ਬਹੁਤ ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਉਮੀਦਵਾਰ ਨੇ ਉਹ ਕੱਪ ਪਲੇਟ ਤਾਂ ਚੋਣ ਨਿਸ਼ਾਨ 'ਤੇ ਲੜਨ ਦੀ ਇੱਛਾ ਜ਼ਾਹਿਰ ਕਰ ਰਹੇ ਨੇ ਜੋ ਉਹਨਾਂ ਦੇ ਦੂਸਰੇ ਗਰੁੱਪ ਦਾ ਹੈਗਾ ਸੰਯੁਕਤ ਸਮਾਜ ਸੰਘਰਸ਼ ਮੋਰਚੇ ਵਾਲੇ ਚੰਡੂਨੀ ਗਰੁੱਪ ਨੂੰ ਕਿਹਾ ਜਾਂਦਾ ਉਹਨਾਂ ਨੂੰ ਕੱਪ ਪਲੇਟ ਪਹਿਲਾਂ ਦਾ ਮਿਲਿਆ ਹੋਇਆ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਰਾਜੇਵਾਲ ਨਹੀਂ ਚਾਹੁੰਦੇ ਕਿ ਉਹ ਆਪਦੇ ਸਾਥੀ ਵਾਲੇ ਕੱਪ ਪਲੇਟ 'ਤੇ ਚੋਣ ਨਿਸ਼ਾਨ 'ਤੇ ਲੜਨ ਇਹ ਮੰਝਾ ਅਤੇ ਕੁਛ ਹੋਰ ਚੋਣ ਨਿਸ਼ਾਨ ਨੇ ਮੰਝੇ ਨੂੰ ਪ੍ਰੈਫਰ ਤੌਰ 'ਤੇ ਮੰਗ ਰਹੇ ਨੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਮਿਲ ਜਾਵੇ ਸੰਭਾਵਨਾ ਤਾਂ ਜਿਤਾਈ ਹੈ ਪਰ ਫਿਰ ਇੱਕ ਜਿਹਨਾਂ ਨੇ ਐਲਾਨ ਕੀਤਾ ਇਹਨਾਂ ਦੀ ਮਜਬੂਰੀ ਵੀ ਹੋ ਜਾਂਦੀ ਹੈ ਆਜ਼ਾਦ ਚੋਣ ਲੜਨ ਜੀ ਸੋ ਇੱਥੇ ਵੱਡਾ ਸਵਾਲ ਇਹ ਵੀ ਖੜ੍ਹਾ ਹੋ ਚੁੱਕਿਆ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਜੋ ਇਹ ਸੰਯੁਕਤ ਸਮਾਜ ਮੋਰਚਾ ਹੈ ਉਹਨਾਂ ਨੂੰ ਮਤਲਬ ਉਹਨਾਂ ਨੂੰ ਚੋਣ ਨਿਸ਼ਾਨ ਜੋ ਨਹੀਂ ਮਿਲਿਆ ਇਹ ਤਾਂ ਗੱਲ ਸਾਫ਼ ਤੌਰ 'ਤੇ ਕਲੀਅਰ ਹੋ ਚੁੱਕੀ ਹੈ ਕਿ ਉਹਨਾਂ ਨੂੰ ਨਹੀਂ ਮਿਲਿਆ ਅਤੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਵਿਰੋਧੀ ਧਿਰ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੂਰਾ ਆਪਣਾ ਜ਼ੋਰ ਲਗਾਇਆ ਹੋਇਆ ਸੀ ਕਿ ਸਾਨੂੰ ਚੋਣ ਨਿਸ਼ਾਨ ਨਾ ਮਿਲੇ ਹਾਂ ਨਹੀਂ ਦੇਖੋ ਇਹਨਾਂ ਦੇ ਦੋਸ਼ ਹੋ ਸਕਦੇ ਨੇ ਪਰ ਜਦੋਂ ਚੋਣ ਜ਼ਾਬਤਾ ਲਾਗੂ ਹੋ ਜੇ ਸਾਰੀ ਜਿਹੜੀ ਸ਼ਕਤੀਆਂ ਨੇ ਚੋਣ ਕਮਿਸ਼ਨ ਕੋਲ ਆ ਜਾਂਦੀਆਂ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਕਰਨਲ ਰਾਜੂ ਜੀ ਨੇ ਵੀ ਗੱਲ ਹੋਈ ਸੀਗੀ ਕਿ ਉਹਨਾਂ ਨੇ ਜੋ ਖਾਮੀਆਂ ਲਾ ਕੇ ਇਹਨਾਂ ਨੂੰ ਦੇ ਦਿੱਤੀਆਂ ਉਹ ਖਾਮੀਆਂ ਇਹਨਾਂ ਨੇ ਪੂਰੀਆਂ ਕਰਕੇ ਕਦੋਂ ਦਿੱਤੀਆਂ ਜਾਂ ਉੱਤੇ ਗਾਂਹ ਅਮਲ ਕੀ ਹੋਣਾ ਉਹ ਪ੍ਰਕਿਰਿਆ ਦੀ ਗੱਲ ਰਹਿ ਜਾਂਦੀ ਹੈ ਇਹਨਾਂ ਦੇ ਦੋਸ਼ ਹੋ ਸਕਦੇ ਨੇ ਉਹ ਜਿਹੜਾ ਚੋਣ ਕਮਿਸ਼ਨ ਦਾ ਜਵਾਬ ਆਇਆ ਉਹ ਇਹੀ ਹੈ ਕਿ ਇਹਨਾਂ ਦੀਆਂ ਖਾਮੀਆਂ ਅਜੇ ਪੂਰੀਆਂ ਨਹੀਂ ਹੋਈਆਂ ਅਤੇ ਇਹਨੂੰ ਸਿਆਸੀ ਤੌਰ 'ਤੇ ਉਹ ਆਪਦੀ ਬਿਆਨਬਾਜ਼ੀ ਕਰ ਰਹੇ ਜੀ ਅਤੇ ਉੱਥੇ ਹੀ ਆਪਾਂ ਜੇਕਰ ਕਾਂਗਰਸ ਦੀ ਗੱਲ ਕਰ ਲਈਏ ਇਸ ਸਮੇਂ ਕਾਂਗਰਸ ਪੂਰੀ ਗਰਮਾਈ ਹੋਈ ਹੈ ਲਗਾਤਾਰ ਸੁਰਖੀਆਂ ਦੇ ਵਿੱਚ ਹੈ ਕਾਂਗਰਸ ਨੂੰ ਬਾਗੀ ਤੇਵਰਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਤੇ ਇੱਕ ਵਾਰ ਹੁਣ ਕਾਂਗਰਸ ਨੂੰ ਪਹਿਲਾਂ ਤਾਂ ਕਿਤੇ ਉਮੀਦਵਾਰਾਂ ਵੱਲੋਂ ਝਟਕੇ ਮਿਲ ਰਹੇ ਸੀ ਅਤੇ ਹੁਣ ਕਾਂਗਰਸ ਨੇ ਆਪ ਇੱਕ ਉਮੀਦਵਾਰ ਨੂੰ ਝਟਕਾ ਦੇ ਦਿੱਤਾ ਹੈ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਸ ਦੀ ਗੱਲ ਕਰ ਰਹੀ ਹਾਂ ਮਹਿੰਦਰ ਕੇਪੀ ਨੂੰ ਜਿਹੜੀ ਟਿਕਟ ਦੇ ਦਿੱਤੀ ਗਈ ਹੈ ਆਦਮਪੁਰ ਤੋਂ ਸੋ ਉਹਨਾਂ ਕੋਟਲੀ ਜੀ ਦਾ ਨਾਮ ਕੱਟਿਆ ਗਿਆ ਉਸ ਬਾਰੇ ਤੁਸੀਂ ਕੀ ਕਹੋਗੇ ਪ੍ਰੇਰਣਾ ਗੱਲ ਇਹ ਹੈ ਕਿ ਹਜੇ ਤੀਕਰ ਹੁਣ ਦੇ ਸਮੇਂ ਤੀਕਰ ਹਜੇ ਤੱਕ ਅਧਿਕਾਰਤ ਐਲਾਨ ਕੋਈ ਨਹੀਂ ਆਇਆ ਸੁਖਵਿੰਦਰ ਸਿੰਘ ਕੋਟਲੀ ਦੀ ਗੱਲ ਵੀ ਹੋਈ ਆਦਮਪੁਰ ਸੀਟ ਦੀ ਗੱਲ ਕਰ ਰਹੇ ਹੋ ਤੁਸੀਂ ਮਹਿੰਦਰ ਕੇਪੀ ਜਿਹੜੇ ਹੈਗੇ ਨੇ ਚਰਨਜੀਤ ਸਿੰਘ ਚੰਨੀ ਦੇ ਕੁੜਮਾਚਾਰੀ 'ਚੋਂ ਆਉਂਦੇ ਨੇ ਜੀ ਗੱਲ ਚੱਲ ਰਹੀ ਸੀ ਜਦੋਂ ਤੋਂ ਇਹ ਆਦਮਪੁਰ ਦੀ ਟਿਕਟ ਐਲਾਨੀ ਗਈ ਉਦੋਂ ਤੋਂ ਇੱਕ ਵਿਵਾਦ ਪੈਦਾ ਹੋ ਰਿਹਾ ਸੀ ਮਹਿੰਦਰ ਕੇਪੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਹੋ ਸਕਦਾ ਕਾਂਗਰਸ ਨੇ ਕਾਂਗਰਸ ਦੀ ਹਾਈ ਕਮਾਂਡ ਨੇ ਇਹ ਫੈਸਲਾ ਲੈ ਲਿਆ ਹੋਵੇ ਪਰ ਅਧਿਕਾਰਤ ਤੌਰ 'ਤੇ ਹਜੇ ਤੱਕ ਕੋਈ ਫੈਸਲਾ ਨਹੀਂ ਆਇਆ ਅਤੇ ਜਿਹੜੀ ਜਾਣੀ ਤਾਜ਼ਾ ਜਾਣਕਾਰੀ ਉਹ ਇਹ ਹੈ ਕਿ ਸੁਖਵਿੰਦਰ ਕੋਟਲੀ ਦੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਮੈਂ ਆਪਦੇ ਸਾਰੇ ਕਾਗਜ਼ ਪੱਤਰ ਲੈ ਕੇ ਘਰੋਂ ਨਿਕਲੇ ਹੋਏ ਹਾਂ 3 ਵਜੇ ਦਾ ਟਾਈਮ ਉਹਦਾ ਮੰਨਿਆ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ 3 ਵਜੇ ਉਹ ਭਰਨਗੇ ਹੁਣ ਇਹ ਦੇਖਣ ਦੀ ਇਹ ਹੈ ਕਿ 3 ਵਜੇ ਤੱਕ ਕਿਹੜਾ ਉਮੀਦਵਾਰ ਆਪਣੀ ਉਮੀਦਵਾਰੀ ਦੇ ਦਾਖਲ ਕਰਦਾ ਨਾਮਜ਼ਦਗੀ ਇਹ ਤਾਂ ਹਜੇ ਐਡਵਾਂਸ ਤੌਰ 'ਤੇ ਹੋਵੇਗਾ ਜੇ ਆਪਾਂ ਪਹਿਲਾਂ ਕਹਾਂਗੇ ਜੀ ਅਤੇ ਇੱਕ ਹੁਣ ਵੱਡਾ ਜਿਹੜਾ ਅੱਜ ਦੇਖਣ ਨੂੰ ਮਿਲਿਆ ਹੈ ਕਿ ਲਗਾਤਾਰ ਜਿਹੜੀਆਂ ਨੇ ਸਿਆਸੀ ਪਾਰਟੀਆਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਕਹਿ ਲਓ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਏਕਤਾ ਜਿਹੜਾ ਇੱਕ ਨਾਮ ਇੱਥੇ ਸਾਹਮਣੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਲੋਂ ਇੱਕ ਮੰਗ ਪੱਤਰ ਲਿਖਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹ ਸਭ ਕੁਝ ਹੋ ਸਕਦਾ ਹੈ ਚੋਣ ਪ੍ਰਚਾਰ ਦੇ ਦੌਰਾਨ ਫਿਰ ਜਿਹੜਾ ਬੱਚਿਆਂ ਦੇ ਸਕੂਲ ਲੈ ਕੇ ਆਇਆ ਉਸਨੂੰ ਵੱਡਾ ਸਵਾਲ ਚੱਕਿਆ ਗਿਆ ਬੱਚਿਆਂ ਦੇ ਸਕੂਲ ਕਿਉਂ ਨਹੀਂ ਖੁੱਲ੍ਹ ਸਕਦੇ ਕੋਰੋਨਾ ਦਾ ਕਿਉਂ ਸਰਕਾਰ ਜਿਹੜੀ ਹੈ ਬਹਾਨਾ ਬਣਾ ਰਹੀ ਹੈ ਹਾਂ ਦੇਖੋ ਕਿਸਾਨ ਜਥੇਬੰਦੀ ਵੱਲੋਂ ਵੀ ਸਵਾਲ ਉਠਾਏ ਗਏ ਨੇ ਉਹਨਾਂ ਨੇ ਇੱਕ ਸੰਬੰਧਿਤ ਅਧਿਕਾਰੀ ਨੂੰ ਆਪਣਾ ਮੰਗ ਪੱਤਰ ਵੀ ਦਿੱਤਾ ਪਰ ਇਹ ਹੋਰ ਧਿਰਾਂ ਵੱਲੋਂ ਵੀ ਉਠਾਏ ਜਾ ਰਹੇ ਨੇ ਇਹ ਨਹੀਂ ਕਿ ਜੇ ਆਪਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਗੱਲ ਕਰੀਏ 1000 ਦੇ ਕਰੀਬ ਤੁਸੀਂ ਬਾਹਰ ਇਕੱਠ ਕਰ ਸਕਦੇ ਹੋ ਕਰੋਨਾ ਦੀਆਂ ਹਦਾਇਤਾਂ ਅਨੁਸਾਰ 500 ਦੇ ਕਰੀਬ ਤੁਸੀਂ ਇੱਕ ਹਾਲ ਦੇ ਵਿੱਚ ਕਰ ਸਕਦੇ ਹੋ ਅਤੇ 20 ਦੇ ਕਰੀਬ ਤੁਸੀਂ ਬੰਦੇ ਲੈ ਕੇ ਚੋਣ ਪ੍ਰਚਾਰ ਕਰ ਸਕਦੇ ਹੋ ਜਦੋਂ ਕਿ ਪਹਿਲਾਂ 5 ਸੀਗੇ ਜੀ ਹੁਣ ਇਹ ਤਾਂ ਹਦਾਇਤਾਂ ਇਹ ਨੇ ਕਿ ਇਹਨਾਂ ਹਦਾਇਤਾਂ ਦੇ ਮੱਦੇਨਜ਼ਰ ਉਹਨਾਂ ਨੇ ਸਵਾਲ ਉਠਾਇਆ ਕਿ ਤੁਸੀਂ ਇਹ ਹਦਾਇਤਾਂ ਦੇ ਵਿੱਚ ਸਕੂਲਾਂ ਦੇ ਵਿੱਚ ਤਾਂ 100-150 ਤੋਂ ਜ਼ਿਆਦਾ ਬੱਚੇ ਨਹੀਂ ਹੁੰਦੇ ਉੱਥੇ ਪੜ੍ਹਾਈ ਨੂੰ ਤਾਂ ਆਪਾਂ ਰੋਕ ਰਹੇ ਹਾਂ ਚੋਣ ਪ੍ਰਚਾਰ ਨੂੰ ਬੜੋਤਰੀ ਦੇ ਰਹੇ ਹਾਂ ਕਿਤੇ ਨਾ ਕਿਤੇ ਸਵਾਲ ਜਾਇਜ਼ ਵੀ ਆਉਂਦਾ ਕਿ
बच्चों की पढ़ाई मद्देनज़र देखते हुए ये हदायत होर सख्ती लागू करके उन्होंने पढ़ाई भी जारी रखी जा सकती है, पर एक चोन कमीशन की फैसला लेंदा ये चोन कमीशन दे सिर जी। पर इत्थे वड्डा सवाल यह भी खड़ा हो जाता है क्योंकि पेरेंट्स एसोसीएशन वालों भी कहा जा रहा है, सियासी पार्टियां वालों भी कहा जा रहा है कि इस तरीके दे नाल जिहड़ा है भी प्रशासन जिहड़ा कुछ नहीं चाहता कि साडे बच्चे पढ़ लिख के अगे जाण जागरूक होण, सो इदां दे सवाल भी चुके जा रहे हैं। हाँ देखो, सवाल लोकतंत्र च उठाउण दी हर इक दे अधिकार है, पर चोणां दे मद्देनज़र चोन कमीशन कोल सारियां पावरां नहीं, ਉਹ ਇਸ ਨੂੰ ਕਿਸ ਨਜ਼ਰ ਨਾਲ ਦੇਖਦਾ ਇਹ ਉਹ ਤੇ ਮੈਸਰ ਹੈ ਜੀ। ਸੋ ਇਸ ਵੇਲੇ ਇੱਕ ਵੱਡਾ ਜਿਹੜਾ ਮੁੱਦਾ ਉੱਠਿਆ ਹੋਇਆ ਹੈ, ਗਰਮ ਮੁੱਦਾ, ਭਖਦਾ ਮੁੱਦਾ ਜੋ ਬਣ ਚੁੱਕੇ ਨੇ, ਜਗਮੋਹਨ ਸਿੰਘ ਕੰਗ। ਸੋ ਲਗਾਤਾਰ ਸੁਰਖੀਆਂ ਬਟੋਰ ਰਹੇ ਨੇ, ਲਾਈਮ ਲਾਈਟਸ ਦੇ ਵਿੱਚ ਨੇ, ਕਿਉਂਕਿ ਅੱਜ ਜਗਮੋਹਨ ਸਿੰਘ ਕੰਗ ਦੇ ਵੱਲੋਂ ਆਪ ਜੁਆਇਨ ਕਰ ਲਿੱਤੀ ਗਈ ਹੈ। ਬਾਗੀ ਤੇਵਰ ਤਾਂ ਉਹਨਾਂ ਵੱਲੋਂ ਪਹਿਲਾਂ ਹੀ ਦਿਖਾ ਦਿੱਤੇ ਗਏ ਸੀ ਕਾਂਗਰਸ ਨੂੰ, ਲਗਾਤਾਰ ਸੀਐਮ ਚੰਨੀ ਨੂੰ ਚੁਣੌਤੀਆਂ ਵੀ ਦਿੱਤੀਆਂ ਜਾ ਰਹੀ ਸੀ, ਪਰ ਉਹਨਾਂ ਨੇ ਅੱਜ ਆਪ ਜੁਆਇਨ ਕਰ ਲਈ ਹੈ। ਹਾਂਜੀ, ਉਹ ਦਿੱਲੀ ਗਏ ਨੇ ਤੇ ਅੱਜ ਉਹਨੇ ਤਸਵੀਰਾਂ ਉਹਨਾਂ ਨੇ ਜਾਰੀ ਕੀਤੀਆਂ ਨੇ, ਉਹ 'ਚ ਦੋਨੋਂ ਬੇਟੇ ਨੇ ਤੇ ਉਹ ਖੁਦ ਨੇ। ਐਕਚੁਅਲੀ ਇਹਨਾਂ ਦਾ ਖਰੜ ਤੋਂ ਸੀਟ ਦੀ ਡਿਮਾਂਡ ਸੀਗੀ, ਉੱਥੋਂ ਇਹਨਾਂ ਨੂੰ ਟਿਕਟ ਨਹੀਂ ਮਿਲੀ ਅਤੇ ਉੱਥੇ ਕਿਸੇ ਹੋਰ ਉਮੀਦਵਾਰ ਨੂੰ ਦੇ ਦਿੱਤੀ ਹੈ। ਪਰ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਦੀ ਇਹਨਾਂ ਦੀ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਆਪਾਂ ਇਹਨਾਂ ਨੇ ਖੁੱਲ੍ਹੇ ਤੌਰ 'ਤੇ ਐਲਾਨ ਕੀਤਾ ਸੀ ਕਿ ਇਹਨਾਂ ਦੇ ਬੇਟੇ ਜਾਦਵਿੰਦਰ ਸਿੰਘ ਕੰਗ ਉਹ ਖਰੜ ਤੋਂ ਆਜ਼ਾਦ ਤੌਰ 'ਤੇ ਉਮੀਦਵਾਰੀ 'ਤੇ ਚੋਣ ਲੜਨਗੇ। ਉਦੋਂ ਬਾਅਦ ਇਹਨਾਂ ਨੇ ਇੱਕ ਚਮਕੌਰ ਸਾਹਿਬ ਦੇ ਪਿੰਡ ਬੂਰ ਮਾਜਰੇ ਤੋਂ ਚੰਨੀ ਦੇ ਖਿਲਾਫ਼ ਪ੍ਰਚਾਰ ਵੀ ਸ਼ੁਰੂ ਕੀਤਾ, ਆਪਣੇ ਨਾਲ ਵਿਸ਼ੇਸ਼ ਗੱਲਬਾਤ ਵੀ ਹੋਈ ਸੀ ਆਪਣੇ ਚੈਨਲ 'ਤੇ। ਪਰ ਗੱਲ ਇਹ ਹੈ ਕਿ ਉਹ ਰਾਤ ਜਾਂਦੇ ਨੇ ਦਿੱਲੀ, ਦਿੱਲੀ ਦੇ ਵਿੱਚ ਕੇਜਰੀਵਾਲ ਦੀ ਮੌਜੂਦਗੀ ਦੇ ਵਿੱਚ ਤਿੰਨੋਂ, ਦੋ ਇਹਨਾਂ ਦੇ ਬੇਟੇ ਅਤੇ ਖੁਦ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ। ਪਰ ਇੱਕ ਵੱਡਾ ਸਵਾਲ ਹੈ ਕਿ ਖਰੜ ਸੀਟ ਨੂੰ ਲੈ ਕੇ ਇਹਨਾਂ ਨੇ ਸਵਾਲ ਖੜੇ ਕੀਤੇ ਸੀਗੇ, ਉੱਥੋਂ ਆਜ਼ਾਦ ਚੋਣ ਲੜਨ ਦੀ ਗੱਲ ਕੀਤੀ ਗਈ ਸੀ, ਪਰ ਖਰੜ ਦੇ ਵਿੱਚ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਵੱਲੋਂ ਉਹਦਾ ਚੋਣ ਪ੍ਰਚਾਰ ਸ਼ੁਰੂ ਕਰਕੇ ਗਏ ਨੇ ਖੁਦ ਕੇਜਰੀਵਾਲ ਜੀ। ਕੀ ਇਹ ਹੁਣ ਇਹਨਾਂ ਜਾਂ ਕੋਈ ਵੱਡਾ ਇਹਨਾਂ ਨੂੰ ਅਹੁਦਾ ਮਿਲੇਗਾ ਜਾਂ ਇਹ ਫਿਰ ਸੀਟ 'ਤੇ ਲੜਨਗੇ, ਇਹ ਇੱਕ ਵੱਡਾ ਸਵਾਲ ਆ। ਹਜੇ ਇਹਨਾਂ ਨੇ ਐਲਾਨ ਨਹੀਂ ਕੀਤਾ, ਕੋਈ ਨਾ ਆਮ ਆਦਮੀ ਪਾਰਟੀ ਐਲਾਨ ਕੀਤਾ ਕਿ ਵੱਡੀ ਅਹੁਦੇਦਾਰੀ ਦਿੱਤੀ ਹੈ, ਨਾ ਇਹਨਾਂ ਨੇ ਕੀਤਾ। ਇਹ ਹਜੇ ਸਵਾਲਾਂ ਦੇ ਘੇਰੇ 'ਚ ਹੈ ਕਿ ਜਿਸ ਚੀਜ਼ ਨੂੰ ਲੈ ਕੇ ਇਹਨਾਂ ਨੇ ਵਿਰੋਧ ਸ਼ੁਰੂ ਕੀਤਾ ਸੀ ਉਹ ਤਾਂ ਇਹਨਾਂ ਨੂੰ ਹਜੇ ਮਿਲਦੀ ਨਜ਼ਰ ਆ ਨਹੀਂ ਰਹੀ। ਆਉਣ ਵਾਲੇ ਦਿਨਾਂ 'ਚ ਕੀ ਰਣਨੀਤੀ ਰਹੇਗੀ ਇਹ ਤਾਂ ਕੰਗ ਸਾਹਿਬ ਹੀ ਜਾਣਦੇ। ਪਰ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਵੀ ਮਤਲਬ ਹੋ ਸਕਦਾ ਹੈ, ਜੋ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ, ਜੇਕਰ ਖਰੜ ਤੋਂ ਮੰਨ ਲਓ ਜਗਮੋਹਨ ਕੰਗ ਨੂੰ ਕੇਜਰੀਵਾਲ ਟਿਕਟ ਦੇ ਦਿੰਦੇ ਨੇ, ਕੀ ਫਿਰ ਜਿਹੜੇ ਅਨਮੋਲ ਗਗਨਮਾਨ ਨੇ, ਗਾਇਕ ਨੇ, ਪ੍ਰਸਿੱਧ ਗਾਇਕ ਨੇ ਇੱਕ, ਫਿਰ ਕੀ ਉਹ ਬਾਗੀ ਤੇਵਰ ਦਿਖਾਉਣਗੇ? ਨਹੀਂ, ਬਿਲਕੁਲ ਸੰਭਾਵਨਾ ਹੈਗੀ ਹੈ ਜੀ, ਕਿਉਂਕਿ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਜਗਮੋਹਨ ਸਿੰਘ ਕੰਗ ਨੇ ਇੱਕ ਇਸ਼ਾਰਾ ਦਿੱਤਾ ਸੀ ਕਿ ਉਹ ਨੌਜਵਾਨ ਪੀੜ੍ਹੀ ਨੂੰ ਅੱਗੇ ਕਰਨਾ ਚਾਹੁੰਦੇ ਨੇ। ਜਾਦਵਿੰਦਰ ਸਿੰਘ ਕੰਗ ਲਈ ਆਪਣੇ ਬੇਟੇ ਲਈ ਉਹਨਾਂ ਨੇ ਟਿਕਟ ਮੰਗੀ ਸੀਗੀ, ਜੇ ਉਹ ਖੁਦ ਲੜਦੇ ਨੇ ਜਾਂ ਬੇਟਾ ਲੜਦੇ ਨੇ ਜਾਂ ਆਮ ਆਦਮੀ ਪਾਰਟੀ ਸੀਟ ਦਾ ਬਦਲਾਅ ਕਰਦੀ ਹੈ, ਜਿਵੇਂ ਕਾਂਗਰਸ ਦਾ ਹਾਲ ਆ, ਫਿਰ ਉਹੀ ਆਮ ਆਦਮੀ ਪਾਰਟੀ ਦਾ ਹੋ ਜਾਣਾ। ਪਰ ਜੇ ਜਾਪ ਨਹੀਂ ਰਿਹਾ ਕਿ ਅਨਮੋਲ ਗਗਨ ਮਾਨ ਦੀ ਟਿਕਟ ਕੱਟੀ ਜਾ ਸਕਦੀ ਜੀ। ਅਤੇ ਇੱਕ ਵੱਡਾ ਸਵਾਲ ਇੱਥੇ ਇਹ ਵੀ ਖੜਾ ਹੋ ਚੁੱਕਿਆ ਕਿਉਂਕਿ ਅੱਜ ਸੀਐਮ ਚਰਨਜੀਤ ਸਿੰਘ ਚੰਨੀ ਵੱਲੋਂ ਨਾਮਜ਼ਦਗੀ ਜਿਹੜੀ ਹੈ ਭਰੀ ਗਈ ਹੈ, ਸੋ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਉਹ? ਬਿਲਕੁਲ, ਦੇਖੋ ਉਹਨਾਂ ਨੇ ਕੱਲ੍ਹ ਭਦੌੜ ਤੋਂ ਨਾਮਜ਼ਦਗੀ ਦਾਖਲ ਕੀਤੀ। ਭਦੌੜ ਐਸੀ ਸੀਟ ਆ ਜਿੱਥੇ ਕਾਂਗਰਸ ਇੱਕ ਵਾਰੀ ਜਿੱਤੀ ਹੈ, ਮੁਹੰਮਦ ਸਦੀਕ 2012 ਦੇ, ਉਦੋਂ ਪਹਿਲਾਂ ਲਗਾਤਾਰ ਅਕਾਲੀ ਦਲ ਦੇ ਹਿੱਸੇ ਰਹੀ ਹੈ ਅਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਸੀਗੀ। ਹੁਣ ਗੱਲ ਇਹ ਹੈ ਕਿ ਪੰਜਾਬ ਦੀ ਮਾਲਵੇ ਦੀ ਸਭ ਤੋਂ ਕਮਜ਼ੋਰ ਸੀਟ ਹੈ ਜੋ ਕਾਂਗਰਸ ਦੀ, ਉੱਥੇ ਚੰਨੀ ਨੂੰ ਕਿਉਂ ਭੇਜਿਆ ਗਿਆ? ਇਹ ਹੋ ਸਕਦਾ ਕਾਂਗਰਸ ਦੀ ਅੰਦਰਲੀ ਨੀਤੀ ਹੋਵੇ, ਪਰ ਸਿਰਫ ਚੰਨੀ ਹੀ ਦੋ ਸੀਟਾਂ ਤੋਂ ਲੜ ਰਹੇ ਨੇ, ਇਹ ਵੀ ਇੱਕ ਸਵਾਲਾਂ ਦੇ ਘੇਰੇ 'ਚ ਹੈ। ਅੱਜ ਉਹ ਚਮਕੌਰ ਸਾਹਿਬ ਆਏ ਨੇ, ਉੱਥੇ ਉਹ ਭਾਵੁਕ ਹੁੰਦੇ ਨੇ, ਅਤੇ ਚਮਕੌਰ ਸਾਹਿਬ ਉਹਨਾਂ ਦਾ ਵਿਰੋਧ ਵੀ ਚੰਗਾ, ਜਗਮੋਹਨ ਸਿੰਘ ਕੰਗ ਪਹਿਲੀ ਕਤਾਰ 'ਚ ਨੇ ਉਹਨਾਂ ਦਾ ਵਿਰੋਧ ਕਰਨ ਦੇ ਵਿੱਚ, ਅਤੇ ਫਿਰ ਇੱਕ ਇਹਨਾਂ ਦਾ ਜਿਹੜਾ ED ਦੀ ਰੇਡ ਇਹਨਾਂ ਰਿਸ਼ਤੇਦਾਰ ਦੇ ਘਰ ਪਈ ਹੈ, ਉਹ ਵੀ ਸਵਾਲਾਂ ਦੇ ਘੇਰੇ 'ਚ ਹੈ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਅੰਦਰ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ, ਉਹ ਵੀ ਕਹਿੰਦੇ ਵੀ ਮੈਂ ਵੀ ਦੋ ਸੀਟਾਂ ਤੋਂ ਲੜ ਸਕਦਾ ਸੀ, ਇਹ ਵੀ ਆਵਾਜ਼ਾਂ ਨਿਕਲਣ ਲੱਗ ਗਈਆਂ ਨੇ। ਪਰ ਇਹ ਮੈਨੂੰ ਲੱਗਦਾ ਵੀ ਚੰਨੀ ਕਿਤੇ ਨਾ ਕਿਤੇ ਘਿਰਦੇ ਆ ਰਹੇ ਨੇ ਸਿਆਸਤ ਦੇ ਵਿੱਚ, ਲੋਕ ਇਹਨਾਂ ਨੂੰ ਕਿਹੜੀ ਜਗ੍ਹਾ 'ਤੇ ਰੱਖਦੇ ਨੇ, ਭਦੌੜ ਵਾਲੇ ਅਤੇ ਚਮਕੌਰ ਸਾਹਿਬ ਵਾਲੇ, ਇਹ ਲੋਕਾਂ ਦੇ ਆਉਣ ਵਾਲੇ ਦਿਨ ਹੀ ਦੱਸਣ ਜੀ। ਅਤੇ ਕੀ ਕਹਿੰਦੇ ਨੇ RSJ, ਇੱਥੇ ਇੱਕ ਵੱਡਾ ਸਵਾਲ, ਇੱਕ ਵੱਡੀ ਮਤਲਬ ਗੱਲ ਇਹ ਵੀ ਹੋ ਸਕਦੀ ਹੈ ਕਿਉਂਕਿ ਦੇਖੋ ਆਪਾਂ ਦੇਖ ਰਹੇ ਹਾਂ ਕਿ ਮਜੀਠੀਆ ਦੋ ਜਗ੍ਹਾ ਤੋਂ ਲੜ ਰਹੇ ਨੇ, ਬਿਕਰਮ ਮਜੀਠੀਆ ਦੋ ਸੀਟਾਂ ਤੋਂ ਲੜ ਰਹੇ ਨੇ, ਸੋ ਨਵਜੋਤ ਸਿੰਘ ਸਿੱਧੂ ਜੋ ਹੈ ਇੱਕ ਸੀਟ ਤੋਂ ਲੜ ਰਹੇ ਨੇ, ਅਤੇ ਹੁਣ CM ਚਰਨਜੀਤ ਸਿੰਘ ਚੰਨੀ ਮੌਜੂਦਾ ਜੋ ਹਾਕਮ ਸਰਕਾਰ ਹੈ ਜਿਨ੍ਹਾਂ ਦੀ, ਉਹ ਦੋ ਸੀਟਾਂ ਤੋਂ ਲੜਦੇ ਨਜ਼ਰ ਆ, ਕੀ ਮਤਲਬ ਕਾਂਗਰਸ ਅਤੇ ਇੱਥੇ ਆਪਣਾ ਅਕਾਲੀਆਂ ਨੇ ਚੁੰਮਾ ਹੀ ਚੱਕ ਲਿਆ ਕਿ ਇੱਕ ਦੂਜੇ ਨੂੰ ਬਰਾਬਰ ਦੀ ਟੱਕਰ ਦੇਣੀ ਹੈ ਜਾਂ ਫਿਰ ਕੀ ਚੱਲ ਰਿਹਾ? ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਤਾਂ ਬਿਕਰਮ ਮਜੀਠੀਆ ਨੂੰ ਇਹ ਕਹਿੰਦੇ ਨੇ ਕਿ ਜੇਕਰ ਹਿੰਮਤ ਹੈ ਤਾਂ ਹੈ ਨਾ ਇੱਕ ਸਿੰਗਲ ਸੀਟ ਤੋਂ ਲੜੇ, ਫਿਰ ਦੂਜੇ ਪਾਸੇ ਉਹਨਾਂ ਦੇ ਖੁਦ ਜਿਹੜੇ ਮੁੱਖ ਮੰਤਰੀ ਨੇ ਮੌਜੂਦਾ CM ਚਰਨਜੀਤ ਸਿੰਘ ਚੰਨੀ, ਉਹ ਖੁਦ ਦੋ ਸੀਟਾਂ ਤੋਂ ਲੜ ਰਹੇ ਨੇ, ਫਿਰ ਇਸਦਾ ਮਤਲਬ ਤਾਂ ਇਹ ਵੀ ਹੋਇਆ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਖਤਰਾ ਹੈ ਵੀ ਇੱਕ ਸੀਟ 'ਚ ਨਾ ਮਿਲੇ ਤਾਂ ਦੂਜੀ ਸੀਟ ਹੈਗੀ ਹੈ? ਹਾਂ ਦੇਖੋ, ਇਹ 'ਚ ਦੋ ਗੱਲਾਂ ਨੇ, ਜੇ ਆਪਾਂ ਇਹਨਾਂ ਦੋ ਸੀਟਾਂ ਦੀ ਗੱਲ ਪਹਿਲਾਂ ਕਲੀਅਰ ਕਰਦੇ ਹਾਂ।
दो सीटा इन चन्नी नूं देण वास्ते एक चर्चा बाहर आई है कि नवजोत सिंह सिद्धू की कोई राय नहीं ली गई जानी होर वड्डे आगुआं नूं फोन ते पुछया गया जी ओ पी सोनी की गल है सुखजिंदर रंधावे की गल है प्रताप सिंह बाजवा की गल है जां होर आगुआं नूं सिर्फ फोन ते पुछया गया नवजोत सिंह सिद्धू की राय नहीं ली गई उन्हां नूं लांभे रखा गया एक सवाल दूसरा ये कि चन्नी नूं ही कि दो सीटा ते की ओह सीएम दा चेहरा हो सकते ने या सीएम की सीट नूं सेव करके चल रहे ने एक सवाल चल रहे जे आप विक्रम सिंह मजीठिया की गल करिए उन्हां दी पत्नी ने भी मजीठा तो अपने नामजदगी दाखिल कर दी है हो भी सकता कि वह कवरिंग कैंडिडेट वालों लिया गया है पर वो वापस लै लैण अपना यह विक्रम सिंह मजीठिया तो फिर वो कल्ले रह जाण क्योंकि विक्रम सिंह मजीठिया ने जदों नवजोत सिंह सिद्धू ने चैलेंज किया भी जे तुसीं शेर दे बच्चे हो जां एक वड्डा चुनौती दी फिर एक सीट तो लड़ो मैं एक सीट तो लड़ने ये संभावनावां निकल के आ रही ने कि सियासत इस ढंग नाल चल रही है कि कितें सीएम की कुर्सी कोई होर ना लै जाए पहली दूसरा जे देनी है तो किसनों देनी है हालांकि शक्ति दे विच मंगे जा रहे हैं होर अपना फोन आउंदा उस दो ही बंदे दे नाम आउंदे ने सीएम चन्नी या नवजोत सिंह सिद्धू तीसरा कहिंदे या कोई होर पर इत्थे एक मैं तुहानू रोकना चाहवांगी इत्थे एक होर मतलब सुनील जाखड़ ते प्रताप बाजवा की रोल अदा क्योंकि उन्हां दा भी जो नाम इत्थे सामने आ रहे हैं निकल के हाँ देखो मैं उही गल क्लीयर करना कि शक्ति ऐप जिहड़े तुहानू राय लई जा रही है या फोन करके राय ली जा रही है उहदे च सिर्फ दो चेहरियां दे नाम आउंदे ने पर मीडिया जदों उन्हां नूं पुछदा प्रताप सिंह बाजवा नूं पुछदा सुनील जाखड़ दी गल हुंदी है तां उत्थे कहिंदे प्रताप सिंह बाजवा ने तां खुले तौर ते कहा वी मैं क्यों नहीं हो सकता जी हो सकते ने पर हाई कमांड की लैंदी है फैसला उहदे सिर ते आ जिस तरह का वर्करां दी राय ली जा रही है उहदे च तां इन्हां दो परसनां दे नाम नहीं है हो सकता भी अंदरों कोई इन्हां दा खिचोतण चलदा होए जी सो हुण थोड़ा जिहा सियासत नूं परां रख के मनुखता दे वल तुरदे आ कल दिल्ली दे विच इक गैंग रेप किया गया सो उस बारे तुसीं की कहोगे हाँ वो एक बहुत ही दुखदायी घटना वह दिल्ली लई दिल्ली नूं फिर शर्मशार किया निर्भया कांड तो बाद जी उत्थे जे आपां थोड़ा जिहा दर्शकां नूं विस्तार दे ही दिंदे आ उत्थे इह है कि एक एरिया दिल्ली दा उत्थे नाल इक फैमिली सीगी इक मैरिड लड़की है जिहदा जिहनूं किडनैप किया जांदा किडनैप करन तो बाद उहदे बाल भी कट्टे जांदे आ गैंग रेप भी हुंदा गल इह सी कि वह जिन्हां ने चक्किया उन्हां दा बेटा सी वह एक तरफे प्रेम की कोई गल आ रही है कि वह सुसाइड कर लैंदा उदों बाद इन्हां दा जिहड़ी गल निकल के आई है अपराधिक छवि वाली फैमिली है पुलिस की कार्रवाई चल रही है जे कहा गया जिहड़े अपने श्रोमणी प्रबंधक कमेटी के धामी साहब आ उन्होंने भी इहदा संग्यान लिया अकाल दल के जत्थेदार हरप्रीत सिंह उन्होंने भी संग्यान लिया तो जिहड़ी मनजिंदर सिंह सिरसा जो दिल्ली के खास आगू ने वह भी लगातार चर इन्हों की पैरवी कर रहे उन्होंने लेटैसट ट्वीट भी आया तो उन्होंने बयान भी आया इनू कहते हैं भी सिख किसी धर्म ना किसी वर्ग ना जोड़ के ना देखा जाए क्योंकि मनिया जा रहा जी लड़की की गैंगरेप होया वो इस तरह बेहुदरी की गई है वह एक सिख धर्म को बिलोंग करती है भी कित धर्म के विखरेवा ज वर्ग के विखरेवा टकराव की स्थिति ना हो चोणा के दिन एक पुलिस ने कहता भी 10 तो ज़्यादा बंदे यानी कि गिरफ्तार कर लेने आने वाले दिन पुलिस की करती है ये जा सरकार की करती है मनिया जा रहा है कि जी पुलिस हैगी केंद्र सरकार के अंडर है जी पर इत्थे आर एस जी एक वड्डा सवाल यह भी खड़ा हो रहा है क्योंकि केजरीवाल दिल्ली दे विच केजरीवाल की सरकार है केजरीवाल पंजाब दे विच आके लोगों नूं गरंटियां ते गरंटियां दे रहे ने दावेदारियां ठोक रहे ने पर आपदा उन्हां दा जिहड़ा दिल्ली है वह तो सुरक्षित नहीं है फिर वह पंजाब दे विच किवें उह करनगे इसका मतलब जिहड़ियां सियासी पार्टियां ने वह सही कह रही ने देखो इन्हां दिनां दे विच दोष आरोप आरोप प्रतिरोप लगते रहिंदे ने पर यह सवाल खड़ा भी हुंदा है कि उत्थों दे बशिंदियां नूं कानून का कोई डर नहीं ला एंड ऑर्डर की स्थिति की है किडनैप होंगी है पहला एक औरत ब्याहता औरत है उदू बाद गैंगरेप हों बाल कट्टे जाते इस तरह कुछ डर पै है ही नहीं ये कितना कितने जो केजरीवाल सरकार से सवाल है तो केंद्र सरकार से भी सवाल है जी पर थोड़ी गल ठीक है केजरीवाल से सवाल खड़ा होंगे केंद्र सरकार से भी सवाल खड़ा होंगे पर जो केजरीवाल ने आम आदमी पार्टी तो बिलोंग कर रहे ने वो पंजाब दे विच आके गरंटियां दे रहे ने जो मुख इत्थे कारण बनिया होया क्योंकि दिल्ली दे विच लगातार अजिहियां घटनावां वेखण नूं मिलदियां ने क्यों उन्हां नूं लठ नहीं पाई जा रही बिल्कुल उही गल होगी ना भी सरकार अपना लॉ एंड ऑर्डर नूं जानी कि काबू करन दे विच सक्षम समर्थ नजर नहीं आ रही चाहे वह केंद्र सरकार है चाहे वह केजरीवाल सरकार है चोणों के जोड़े वादिया की गल की जाती है वादे वादे ही रह जाते इन्होंने शब्द बदल लिया गरंटी हूँ गरंटी
लोगों की किन्नी गरंटी है, लोग उस गरंटी को किन्ना स्वीकार करते हैं ये घटनावां के मद्देनजर, वो तो फिर चोणां दे दिन वोट दे मते अधिकार ना जाहिरकारी देण। बिल्कुल। सो जाते जाते साडा आखिरी सवाल थोनू है कि बजट अज बजट नू लैके लगातार चर्चावां जा रही ने, MSP नू लैके बजट जिहड़ा तय किया जा रहा उस बारे तुसीं की कहोगे, डिजिटल प्रचार नू लैके भी जिहड़ियां ने गल्लां सामने आ रही ने उस बारे तुसीं की कहोगे? भाजपा सरकार ने केंद्र सरकार ने बजट 25 साल का अगले 25 साल का ब्लू प्रिंट पेश किया, उस डिजिटल ज क्रांति की गल की गई है, जो आप ऑर्गैनिक खेती की गल करिए या हाईवे की गल करिए, वो बड़े पद्धर से प्रचारया जा रहा। एक 5G जिहड़ा हैगा स्पैक्ट्रम उहदी ऑक्शन की गल की गई है, 60 लाख जानी कि आह रुजगार की गल की गई है, आंगनबाड़ी 2 लाख तो ज़्यादा अपग्रेड करने की कोशिश की गई है, फिर ये गल्लां सारियां डिजिटल जोड़ के देखिया गई हैं। एक डिजिटल करंसी ते उन्होंने 30% टैक्स की गल की गई है, ये बड़ियां गल्लां जानी कि कितने ना कितने डिजिटल नूं बढ़ावा देने वास्ते गल की गई है। दूसरा है कि 9.2% जिहड़ी दर है उन्होंने वधाउण की संभावना की गई है, हुण देखदे हां कि जदों अमल हुंदा तां की हुंदा, हालांकि जदों के केंद्र सरकार दीआं हर गल्लां नूं जुमले दे तौर ते देखा जांदा कि तां लोग इहनूं किस ढंग नाल देखदे ने, पर कितने ना कितने केंद्र सरकार ने जो ये बजट पेश किया उहदे च डिजिटल यूनिवर्सिटियां की गल की है, जिथे खेतरी भाषावां पढ़ाउण की गल की गई है, डिजिटल उत्साहित करन की गल की है, क्योंकि आने जे करोना के मद्देनज़र आप देखिए आने वाले दिनों के डिजिटल अच्छी तरह स्वीकार करन की जरूरत है, उन्होंने पिंडां दे विच भी ब्रॉडबैंड की स्थापति की गल की है। इस तरह ये बजट तो पेश हो गया, ये जानी कि 10वां बजट सीगा ते निर्मला सीतारमण का 4था बजट से जी, ये बजट किन्ना अमल च आउंदा है किवें आउंदा है आने वाले दिनों च, पर संभावना अच्छियां जताईयां जी। सो बहुत बहुत धन्यवाद लिबरेट जी थोड़ा साडे नाल जानकारी सांझी करन दे लई। सो थोनू ये जानकारी किवें दी लगी या सियासत नाल जुड़ी, जेकर तुसी कोई होर जानकारी अपडेट लैना चाहुंदे हो तां सानू कमेंट करके दस सकदे हो। सो जांदे जांदे थोड़ा बहुत बहुत धन्यवाद, मिलदे हां अगली वार होर नवीं सियासत दे नवें मुद्दियां दे नाल, तद तक लई मैनूं दिओ इजाजत, धन्यवाद।